ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਦੀ ਜਿਹੜੀ ਘਟਨਾ ਹੈ, ਕੱਲ੍ਹ ਦੀ ਘਟਨਾ ਜਿਹੜੀ, ਉਹ ਜਿਹੜਾ ਕਲਾਕਾਰ ਹੈ ਨੌਜਵਾਨ ਗਿੱਪੀ ਗਰੇਵਾਲ, ਕੈਨੇਡਾ 'ਚ ਉਹਦੇ ਘਰ ਦੇ ਉੱਤੇ ਫਾਇਰਿੰਗ ਹੋਈ ਆ। ਅੱਛਾ, ਗੋਲੀਆਂ ਚਲਾਉਣ ਤੋਂ ਬਾਅਦ ਉਹਦੇ ਘਰ ਦੇ ਉੱਤੇ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਕਿ ਭਾਈ ਇਹ ਤਾਂ ਤੈਨੂੰ ਹਲੇ ਟ੍ਰੇਲਰ ਦਿਖਾਇਆ, ਫਿਲਮ ਤੈਨੂੰ ਦਿਖਾਵਾਂਗੇ, ਜਾਂ ਤੁਸੀਂ ਉੱਥੇ ਮਰਜ਼ੀ ਭੱਜ ਲਓ ਭਾਈ, ਮੌਤ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ, ਮੌਤ ਨੂੰ ਜਹਾਜ਼ ਦੀ ਲੋੜ ਨਹੀਂ ਪੈਂਦੀ। ਸੋ ਮਸਲਾ ਬੜਾ ਗੰਭੀਰ ਆ। ਮੈਂ ਜਿੰਨੇ ਵੀ ਮੇਰੇ ਪੰਜਾਬ ਦੇ ਕਲਾਕਾਰ ਭਰਾ ਨੇ, ਉਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਜਿੰਨਾ ਤੁਸੀਂ ਮਸਲੇ ਨੂੰ ਦੱਬਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਭੱਜੋਗੇ ਇਹ ਲੜਾਈ ਲੜਨ ਤੋਂ, ਨੁਕਸਾਨ ਉਨਾ ਹੀ ਜ਼ਿਆਦਾ ਹੋਣਾ। ਜੇ ਤੁਹਾਨੂੰ ਲੱਗਦਾ ਵੀ ਅਸੀਂ ਪੰਜਾਬ ਦੀ ਧਰਤੀ ਨੂੰ ਛੱਡ ਕੇ ਕੈਨੇਡਾ ਜਾ ਕੇ ਅਸੀਂ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਸੁਰੱਖਿਅਤ ਹੋ ਜੂਗੀ, ਜਾਂ ਸਾਡੇ ਜਵਾਕਾਂ ਦੀ ਜਾਨ ਕੋਈ ਬਖਸ਼ ਦੂਗਾ, ਤਾਂ ਤੁਸੀਂ ਬਹੁਤ ਵੱਡੇ ਭੁਲੇਖੇ 'ਚ ਹੋ। ਕੈਨੇਡਾ ਤਾਂ ਸੁਣਨ 'ਚ ਆਇਆ, ਕਈ ਸੱਜਣਾਂ ਨੇ ਦੱਸਿਆ ਉੱਥੇ ਰਹਿੰਦਿਆਂ ਨੇ ਕਿ ਬਾਈ ਕੈਨੇਡਾ ਦੇ ਵਿੱਚ ਤਾਂ ਬੰਦਾ ਮਾਰਨਾ ਪੰਜਾਬ ਨਾਲੋਂ ਬਹੁਤ ਸੌਖਾ, ਉੱਥੋਂ ਦੇ ਕਾਨੂੰਨ ਹੀ ਇੰਨੇ ਨਰਮ ਨੇ, ਉੱਥੇ ਤਾਂ ਕਈ ਵਾਰੀ ਕਹਿੰਦੇ ਜਦੋਂ ਬੰਦਾ ਮਾਰ ਦਿੰਦੇ ਨੇ ਗੈਂਗਸਟਰ, ਤਾਂ ਕਈ ਕਈ ਸਾਲ ਪਤਾ ਹੀ ਨਹੀਂ ਲੱਗਦਾ ਕਿ ਕੌਣ ਬੰਦਾ ਮਾਰ ਗਿਆ। ਬਹੁਤੇ ਕੇਸ ਆਈ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਬੰਦ ਹੋ ਜਾਂਦੀਆਂ ਨੇ ਕਈ ਸਾਲਾਂ ਬਾਅਦ ਬੰਦੇ ਮਰਨ ਤੋਂ ਬਾਅਦ, ਕਿ ਪਤਾ ਹੀ ਨਹੀਂ ਲੱਗਦਾ ਵੀ ਇਹ ਬੰਦਾ ਕਿਹਨੇ ਮਾਰਿਆ ਅਤੇ ਕਿਉਂ ਮਾਰਿਆ। ਜਾਂ ਉੱਥੇ ਤਾਂ ਇਹ ਵੀ ਸੁਣਨ 'ਚ ਆਇਆ ਕਹਿੰਦੇ ਜੇ ਗੈਂਗਸਟਰ ਪੁਲਿਸ 'ਤੇ ਗੋਲੀ ਚਲਾ ਰਿਹਾ ਤਾਂ ਪੁਲਿਸ ਮੂਹਰੋਂ ਜਵਾਬੀ ਕੋਈ ਕਾਰਵਾਈ ਕਰਦੀ ਨਹੀਂ ਹੈ। ਜਾਣ ਜਿੱਥੇ ਕਾਨੂੰਨ ਇਹੋ ਜਿਹੇ ਹੋਣ ਅਤੇ ਤੁਸੀਂ ਲੈ ਜਵਾਕਾਂ ਨੂੰ ਉੱਥੇ ਜਾ ਰਹੇ ਹੋ ਵੀ ਪਤਾ ਨਹੀਂ ਸਾਡੀ ਜਾਨ ਉੱਥੇ ਬਚ ਜੂਗੀ, ਤਾਂ ਤੁਸੀਂ ਬਹੁਤ ਵੱਡੇ ਭੁਲੇਖੇ ਜਾਂ ਤੁਸੀਂ ਕਿਤੇ ਵੀ ਭੱਜ ਲਓ। ਕੈਨੇਡਾ ਦੇ ਵਿੱਚ ਤਾਂ ਸੁਣਨ 'ਚ ਆਇਆ, ਕੈਨੇਡਾ ਅਮਰੀਕਾ ਦੇ ਵਿੱਚ, ਕਿ ਗੈਂਗਸਟਰਾਂ ਨੇ ਉੱਥੇ ਜਿਹੜੇ ਹੋਰ ਵੀ ਕੋਈ ਕਾਰੋਬਾਰੀ ਬੰਦੇ ਨੇ, ਕਿਸੇ ਟਰੱਕਾਂ ਦਾ ਕੰਮ ਆ, ਕਿਸੇ ਦੇ ਕੋਈ ਰੀਅਲ ਸਟੇਟ ਦਾ ਕੰਮ ਹੈ, ਕੋਈ ਹੋਰ ਦੁਕਾਨਾਂ ਨੇ, ਚੰਗਾ ਕਾਰੋਬਾਰ ਹੈ ਜਿਨ੍ਹਾਂ ਨੇ ਇੱਥੋਂ ਪਹਿਲਾਂ ਮਜ਼ਦੂਰੀਆਂ ਕਰਕੇ ਮਿਹਨਤਾਂ ਕਰਕੇ ਆਪਣਾ ਤਕੜਾ ਕੰਮ ਕਾਰ ਚਲਾਇਆ, ਉੱਥੇ ਖੜ੍ਹਾ ਕੀਤਾ, ਉਹਨਾਂ ਤੋਂ ਵੀ ਗੈਂਗਸਟਰਾਂ ਨੇ ਫਰੋਤੀਆਂ ਲੈਣੀਆਂ ਸ਼ੁਰੂ ਕਰਤੀਆਂ, ਲੈ ਰਹੇ ਨੇ, ਸੱਚਾਈ ਹੈ। ਕੈਨੇਡਾ ਦੇ ਵਿੱਚ ਪੰਜਾਬ ਨਾਲੋਂ ਵੀ, ਮੈਨੂੰ ਅੱਜ ਹੀ 5-7 ਮੁੰਡਿਆਂ ਦੇ ਉੱਥੇ ਫੋਨ ਆਏ, ਕਹਿੰਦੇ ਬਾਈ ਇਹ ਗੱਲ ਲੋਕ ਡਰਦੇ ਨਹੀਂ ਦੱਸਦੇ, ਪਰ ਵੱਡੇ ਪੱਧਰ ਦੇ ਉੱਤੇ ਕੈਨੇਡਾ ਦੇ ਵਿੱਚ ਗੈਂਗਸਟਰ ਫਰੋਤੀਆਂ ਲੈ ਰਹੇ ਨੇ ਬੰਦਿਆਂ ਤੋਂ। ਚੁੱਪ ਨੇ ਲੋਕ ਜਿਨ੍ਹਾਂ ਦੇ ਕੋਈ ਟਰੱਕਾਂ ਦਾ ਕਾਰੋਬਾਰ ਤਕੜਾ, ਅਲਾਹਣਾ ਦਿਓ ਯਾਰ, 5 ਲੱਖ ਮੰਗਦੇ ਆ, 10 ਲੱਖ ਮੰਗਦੇ ਆ, ਦਿਓ। ਕੋਈ ਹੋਰ ਬੰਦੇ ਦਾ ਕੋਈ ਦੁਕਾਨਾਂ ਦਾ ਕੰਮ ਹੈ, ਕੋਈ ਰੀਅਲ ਸਟੇਟ ਦਾ ਕੰਮ ਹੈ, ਕੋਈ ਹੋਰ ਕਾਰੋਬਾਰ ਹੈ, ਅਗਲਾ ਕਹਿੰਦਾ ਯਾਰ ਮੰਗਦੇ ਇੱਕ ਵਾਰੀ ਦੇ ਕੇ ਖੜਾ ਛਡਾਓ। ਕੈਨੇਡਾ ਅਮਰੀਕਾ ਦੇ ਹਾਲਾਤ ਨੇ। ਸੋ ਇਹ ਇੱਕ ਵਾਰੀ ਕਹਿੰਦੇ ਹੁੰਦੇ ਨਾ ਵੀ ਜੇ ਕਿਸੇ ਕੁੱਤੇ ਦੇ ਮੂੰਹ ਨੂੰ ਖੂਨ ਲੱਗ ਜੇ ਤਾਂ ਫਿਰ ਉਹ ਬਖਸ਼ਦਾ ਨਹੀਂ ਹੁੰਦਾ। ਉਹ ਖੀਰ ਆਪਾਂ ਕਿਸੇ ਅਜਿਹਾ ਪਿੱਟਬੁੱਲ ਕੁੱਤੇ ਜਿਹੇ ਹੁੰਦੇ ਆ, ਇਹਨਾਂ ਨੂੰ ਕਈ ਮਾਸ ਪਾਉਣ ਲੱਗ ਜਾਂਦੇ ਆ ਅਤੇ ਉਹ ਅਖੀਰ ਨੂੰ ਮਾਲਕ ਨੂੰ ਹੀ ਫੜ ਲੈਂਦੇ ਆ ਕੇ, ਜਦੋਂ ਉਹਨਾਂ ਨੂੰ ਮਾਸ ਨਹੀਂ ਮਿਲਦਾ ਤਾਂ ਫਿਰ ਉਹ ਮਾਲਕ ਨੂੰ ਜਾ ਕੇ ਫੜ ਲੈਂਦੇ ਆ। ਉਹ ਹਾਲਾਤ ਸਾਡੇ ਲੋਕਾਂ ਨਾਲ ਹੋਣੇ ਆ, ਅਤੇ ਕਲਾਕਾਰੋ ਤੁਹਾਨੂੰ ਮੈਂ ਕਹਿਣਾ ਤੁਹਾਡੇ ਨਾਲ ਹੋਣੇ ਆ ਇਹ। ਜੇ ਤੁਸੀਂ ਕਿਤੇ ਸਮਾਂ ਰਹਿੰਦੇ ਇਹ ਲੜਾਈ ਲੜੀ ਹੁੰਦੀ ਨਾ, ਜਦੋਂ ਪ੍ਰਵੀਸ਼ ਵਰਮਾ ਜਿਹੜਾ ਉਹ ਮੁੰਡਾ ਕਲਾਕਾਰ ਸੀ ਉਹਦੇ ਗੋਲੀਆਂ ਮਾਰੀਆਂ ਮੋਹਾਲੀ, ਜੇ ਉਦੋਂ ਹੀ ਤੁਸੀਂ ਇਕੱਠੇ ਹੋਏ ਹੁੰਦੇ, ਤੁਹਾਡੀ ਕਿੰਨੀ ਯਾਰ ਤੁਹਾਡੇ ਕੋਲ ਤੁਹਾਡੇ ਕਿੰਨੇ ਕਲਾਕਾਰ, ਤੁਹਾਡੇ ਭਾਈਚਾਰਾ ਕਿੱਡਾ ਵੱਡਾ, ਤੁਹਾਡਾ ਤਕੜਾ ਸਿਸਟਮ ਆ, ਕਿੰਨੀ ਤੁਹਾਨੂੰ ਦੁਨੀਆ ਜਾਣਦੀ ਆ, ਤੁਹਾਨੂੰ ਸਾਰਾ ਅਫਸਰਸ਼ਾਹੀ ਜਾਣਦੀ ਆ, ਸਰਕਾਰ ਤੁਹਾਨੂੰ ਪਹਿਲ ਦੇ ਆਧਾਰ 'ਤੇ ਰੱਖਦੀ ਆ, ਹੁਣ ਤਾਂ ਤੁਹਾਡਾ ਆਪਣਾ ਮੁੱਖ ਮੰਤਰੀ ਪੰਜਾਬ ਦਾ ਤੁਹਾਡੇ ਖੇਤਰ ਦਾ ਬੰਦਾ, ਤੁਹਾਡੇ ਫੀਲਡ ਦਾ ਬੰਦਾ, ਕਲਾਕਾਰ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣਿਆ। ਪ੍ਰਵੀਸ਼ ਵਰਮਾ ਵੇਲੇ ਵੀ ਬਾਕੀ ਕਲਾਕਾਰ ਚੁੱਪ ਕਰਕੇ ਵੀ ਆਪਾਂ ਕੀ ਲੈਣਾ, ਆਪਣਾ ਮਾਸ ਬਚਾ ਲਓ। ਉਹਦੀ ਮੌਤ ਤੋਂ ਬਾਅਦ ਜੀ ਉਦੋਂ ਬੋਲੇ ਹੁੰਦੇ ਸ਼ਾਇਦ ਮੂਸੇ ਵਾਲਾ ਨਾ ਮਰਦਾ,
ਫਿਰ ਮੂਸੇ ਵਾਲਾ ਮਰਿਆ, ਮੂਸੇ ਵਾਲੇ ਤੋਂ ਬਾਅਦ ਤੁਸੀਂ ਜਮੇ ਚੁੱਪ ਕਰਕੇ ਘੁੰਗਣੀਆਂ ਹੀ ਪਾ ਲਈਆਂ ਮੂੰਹ 'ਚ, ਦਾੜੀ ਵੱਟ ਗਏ ਜਿਹੜੇ ਰਹਿੰਦੇ ਵੀ ਸੀ ਮੂਸੇ ਵਾਲੇ ਦੇ ਨਾਲ, ਜਿਨ੍ਹਾਂ ਨੂੰ ਮੂਸੇ ਵਾਲੇ ਨੇ ਚੜ੍ਹਾਇਆ ਵੀ, ਜਿਨ੍ਹਾਂ ਨੂੰ ਰੋਟੀ ਪਾਇਆ, ਜਿਹੜੇ ਨਾਲ ਗਾ ਕੇ ਮਸ਼ਹੂਰ ਹੋਏ ਮੂਸੇ ਵਾਲੇ ਦੇ, ਉਹ ਵੀ ਚੁੱਪ ਕਰਕੇ ਘਰਾਂ 'ਚ ਵੜ ਗਏ, ਖੁੱਡਾਂ 'ਚ ਵੜ ਗਏ, ਉਹ ਵੀ ਬੋਲੇ ਨਹੀਂ। ਇਹ ਬਹੁਤ ਵੱਡੇ ਭੁਲੇਖੇ 'ਚੋਂ, ਮੰਨ ਲਓ ਜੇ ਕੱਲਾ ਵੀ ਜੇ ਕੋਈ ਫੋੜਾ ਹੋ ਜਾਵੇ ਨਾ, ਅਤੇ ਜੇ ਆਪਾਂ ਨੂੰ ਲੱਗਦਾ ਫੋੜੇ ਦੀ ਦਵਾਈ ਲੈਣ ਤੋਂ ਬਿਨਾਂ ਸਰ ਜੂਗਾ, ਤੂੰ ਲੀਰ ਲੂਰ ਬੰਨ ਕੇ ਆਪਾਂ ਸਾਰ ਲਾਂਗੇ, ਤਾਂ ਫੋੜਾ ਪਰ ਹੌਲੀ ਹੌਲੀ ਕੈਂਸਰ ਬਣ ਜਾਂਦਾ ਹੈ। ਇਹ ਬਿਮਾਰੀ ਨੇ ਕੈਂਸਰ ਬਣਨਾ। ਜਿਹੜੇ ਗੈਂਗਸਟਰ ਤੁਹਾਨੂੰ ਹੁਣ ਪੈ ਗਏ ਨਾ, ਅੱਜ ਪਹਿਲਾਂ ਪਰਮੀਸ਼ ਦੇ ਗੋਲੀਆਂ ਮਾਰੀਆਂ, ਫਿਰ ਮੂਸੇ ਵਾਲਾ ਮਾਰਤਾ, ਹੁਣ ਗਿੱਪੀ ਦੇ ਘਰ ਗੋਲੀਆਂ ਚੱਲ ਗਈਆਂ, ਕੱਲ੍ਹ ਨੂੰ ਕਿਸੇ ਨੂੰ ਹੋਰ ਮਾਰਨਗੇ ਤੂੰ ਦੇਖ ਲਈ। ਕਾਰਨ ਕੀ ਹੁੰਦਾ? ਕਾਰਨ ਇੱਕ ਹੀ ਵੱਡਾ ਹੁੰਦਾ, ਅਗਲਾ ਕਹਿੰਦਾ ਇੱਕ ਕਲਾਕਾਰ ਮਾਰ ਦਿਓ, ਉਦੋਂ ਬਾਅਦ ਡਰਦੇ ਜਿੰਨੇ ਕਲਾਕਾਰ ਆ ਜਾਂ ਹੋਰ ਤਕੜੇ ਲੋਕ ਹੈ, ਵੈਸੇ ਡਰਦੇ ਹੀ ਪੈਸੇ ਦੇਣ ਲੱਗ ਜਾਂਦੇ ਆ ਵੀ ਲਓ ਯਾਰ ਫਲਾਣਾ ਬੰਦਾ ਮਾਰਤਾ, ਆਪਾਂ ਪੰਗੇ 'ਚ ਕਾਹਨੂੰ ਪੈਣਾ। ਅੱਜ ਇਹਨਾਂ ਨੂੰ 10 ਲੱਖ ਦਿਓਗੇ। ਬਹੁਤੇ ਕਲਾਕਾਰ ਪੰਜਾਬ ਦੇ ਇਹੋ ਜਿਹੇ ਵੀ ਹੈਗੇ ਆ ਜਿਹੜੇ ਚੁੱਪ ਚਪੀਤੇ ਇਹਨਾਂ ਲੋਕਾਂ ਨੂੰ ਪੈਸੇ ਵੀ ਦੇਈ ਜਾਂਦੇ ਆ। ਕਿੰਨਾ ਚਿਰ ਦਿਓਗੇ? ਮਿਹਨਤ ਦੀ ਕੀਤੀ ਹੋਈ ਤੁਹਾਡੀ ਕਮਾਈ ਹੈ ਯਾਰ, ਬਹੁਤ ਮੁਸ਼ਕਤ ਕਰਕੇ ਮਿਹਨਤ ਕਰਕੇ ਤੁਸੀਂ ਹੇਠੋਂ ਉੱਠ ਕੇ ਗਏ ਹੋ, ਇਸ ਮੁਕਾਮ 'ਤੇ ਪਹੁੰਚਣਾ ਸੌਖਾ ਨਹੀਂ ਹੁੰਦਾ। ਪਰ ਜੇ ਤੁਸੀਂ ਉਹ ਕਮਾਈ ਇਹਨਾਂ ਲੋਕਾਂ ਨੂੰ ਦਿਓਗੇ, ਕਿੰਨਾ ਚਿਰ ਦਿਓਗੇ? ਅੱਜ 20 ਲੱਖ ਮੰਗਦੇ, ਕੱਲ੍ਹ ਨੂੰ 50 ਮੰਗਣਗੇ, 15 ਦਿਨਾਂ ਨੂੰ ਕਰੋੜ ਕਹਿ ਦੇਣਗੇ, ਫਿਰ ਗਾਹਾਂ 2 ਮਹੀਨਿਆਂ ਨੂੰ ਕਹਿ ਦੇਣਗੇ ਲਿਆਓ 5 ਕਰੋੜ ਦੇ ਦਿਓ। ਫਿਰ ਕਿਤੇ ਤਾਂ ਬੋਲੋਗੀ, ਕਿਤੇ ਉੱਠੋਗੀ, ਲੜੋਗੇ। ਇਹੀ ਹਾਲ ਆ ਕਬੱਡੀ ਵਾਲਿਆਂ ਦਾ। ਉਹ ਕਬੱਡੀ ਵਾਲਾ ਮੁੰਡਾ ਮਾਰਿਆ ਸੰਦੀਪ ਨੰਗਲੰਬੀਆਂ ਵਾਲਾ, ਉਹਦੇ ਹੱਕ 'ਚ ਕਿੰਨੇ ਖੜ ਗਏ? ਗਿਣਤੀ ਦੇ ਖੜੇ ਹੋਣੇ ਆ ਕਬੱਡੀ ਵਾਲੇ, ਬਾਕੀ ਸਾਰੇ ਬਾਹਰ ਨੂੰ ਭੱਜ ਗਏ। ਅਸੀਂ ਆਸਟ੍ਰੇਲੀਆ ਰਹਿਣ ਲੱਗ ਗਏ ਜਾ ਕੇ, ਅਸੀਂ ਨਿਊਜ਼ੀਲੈਂਡ ਰਹਿਣ ਲੱਗ ਗਏ ਜੀ, ਅਸੀਂ ਕੈਨੇਡਾ ਰਹਿਣ ਲੱਗ ਗਏ ਜੀ, ਅਸੀਂ ਅਮਰੀਕਾ ਰਹਿਣ ਲੱਗ ਗਏ। ਭੱਜਿਆ ਗੱਲ ਨਹੀਂ ਬਣਨੀ ਮਿੱਤਰੋ, ਇਹ ਕਲਾਕਾਰਾਂ ਨੂੰ ਵੀ ਕਹਿਣਾ ਚਾਹੁੰਦਾ ਅਤੇ ਇਹ ਜਿਹੜੇ ਕੌਡੀ ਵਾਲੇ ਨੂੰ ਵੀ ਕਹਿਣਾ ਚਾਹੁੰਦਾ, ਭੱਜਣਾ ਗੱਲ ਨਹੀਂ ਬਣਨੀ। ਭੱਜਣਾ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਜਦੋਂ ਲੜਾਈ ਆ ਕੇ ਗੱਲ ਪੈਂਦੀ ਹੈ ਫਿਰ ਲੜਨੀ ਪੈਂਦੀ ਹੈ। ਤੁਸੀਂ ਨਾ ਵੀ ਲੜੋਗੇ ਤਾਂ ਵੀ ਮਰੋਗੇ, ਲੜੋਗੇ ਤਾਂ ਬਚਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪਰ ਜਦੋਂ ਅਸੀਂ ਕਿਸੇ ਲੜਾਈ ਤੋਂ ਟਾਲਾ ਬਣਦੇ ਹਾਂ, ਸਾਡੀ ਗੱਲ ਪਈ ਹੋਵੇ, ਕਹਿੰਦਾ ਗੱਲ ਪਿਆ ਢੋਲ ਵਜਾਉਣਾ ਪੈਂਦਾ, ਜਦੋਂ ਲੜਾਈ ਸਾਡੇ ਗੱਲ ਪੈਂਦੀ ਹੈ ਉਹ ਤੋਂ ਅਸੀਂ ਭੱਜਦੇ ਹਾਂ, ਕਿਨਾਰਾ ਕਰਦੇ ਹਾਂ, ਤਾਂ ਉਹ ਨੁਕਸਾਨ ਕਰਦੀ ਹੈ ਲੜਾਈ। ਸੋ ਇਸ ਕਰਕੇ ਮੈਂ ਅੱਜ ਕਹਿਣਾ ਚਾਹੁੰਦਾ, ਫਿਰ ਕਹਿਣਾ ਚਾਹੁੰਦਾ, ਅੱਜ ਕੱਲ੍ਹ ਦੀ ਘਟਨਾ ਹੋਈ ਆ, ਕੱਲ੍ਹ ਦੀ ਗਿੱਪੀ ਗਰੇਵਾਲ ਵਾਲੀ ਘਟਨਾ ਹੋਈ ਆ, ਅਗਲਿਆਂ ਨੇ ਜ਼ਿੰਮੇਵਾਰੀ ਵੀ ਚੱਕ ਲਈ, ਐਵੇਂ ਥੋੜ੍ਹੀ ਉਹ ਜਾ ਕੇ ਅਗਲਿਆਂ ਨੇ ਉੱਥੇ ਬਿਠਾ ਲਿਆ ਅਹਿਮਦਾਬਾਦ ਗੁਜਰਾਤ ਦੇ ਵਿੱਚ ਜੇਲ੍ਹ 'ਚ, ਇਹੀ ਕੁਛ ਹੋਣਾ। ਸੋ ਮੈਂ ਪਹਿਲਾਂ ਵੀ ਕਿਹਾ ਕਿ ਹੁਣ ਹੋਰ ਵੀ ਪੰਜਾਬ ਦੇ ਵਿੱਚ ਬੰਦੇ ਮਰਨੇ, ਯਾਦ ਰੱਖਣਾ। ਜੇ ਅੱਜ ਵੀ ਨਾ ਇਹਦੇ ਖਿਲਾਫ਼ ਇਕੱਠੇ ਹੋ ਕੇ ਆਵਾਜ਼ ਬੁਲੰਦ ਕੀਤੀ, ਮੈਂ ਸਾਰੇ ਕਲਾਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ, ਅਤੇ ਸਾਰੇ ਮੈਂ ਕੌਡੀਆਂ ਨੂੰ ਕਹਿਣਾ ਚਾਹੁੰਦਾ ਵੀ ਸਾਰੀਆਂ ਗੱਲਾਂ ਦਾ ਖੁਲਾਸਾ ਕਰੋ, ਲਿਆ ਕੇ ਜਿੰਨੇ ਵੀ ਕੌਡੀ ਵਾਲੇ, ਜਿੰਨੇ ਕੌਡੀ ਵਾਲਿਆਂ ਤੋਂ ਗੈਂਗਸਟਰ ਅੰਦਰ ਜੇਲ੍ਹਾਂ 'ਚ ਬੈਠੇ ਪੈਸੇ ਮੰਗਦੇ ਆ, ਜੇਲ੍ਹਾਂ 'ਚ ਬੈਠੇ ਟੀਮਾਂ ਬਣਾਉਂਦੇ ਆ, ਜੇਲ੍ਹਾਂ 'ਚ ਬਹਿ ਕੇ ਅੰਦਰੋਂ ਤੈਅ ਕਰਦੇ ਆ ਕਿਹੜੀ ਟੀਮ ਜਿੱਤੂਗੀ, ਕਿਹੜੀ ਟੀਮ ਹਾਰੂਗੀ, ਕਿਹੜਾ ਖਿਡਾਰੀ ਇੱਥੇ ਬੈਸਟ ਨਿਕਲੂਗਾ, ਕਿਹੜਾ ਨਹੀਂ ਨਿਕਲੂਗਾ, ਕਿਹਨੂੰ ਕੀ ਦੇਣਾ, ਕਿਹਨੂੰ ਕੀ ਦੇਣਾ, ਇਹ ਜੇਲ੍ਹਾਂ 'ਚ ਬੈਠ ਕੇ ਬੰਦੇ ਫੈਸਲੇ ਤੈਅ ਕਰਦੇ ਆ। ਇਹਦੇ ਖੁਲਾਸੇ ਕਰੋ, ਇਹ ਜਗ ਜ਼ਾਹਰ ਕਰੋ ਗੱਲਾਂ। ਇਹ ਬੁੱਕਲ 'ਚ ਗੁੜ ਨਾ ਭੰਨੋ, ਬੁੱਕਲ 'ਚ ਗੁੜ ਭੰਨੋਗੇ ਨੁਕਸਾਨ ਕਰਾਓਗੇ। ਸਾਰੇ ਕਲਾਕਾਰ ਇਕੱਠੇ ਹੋ ਜਾਓ ਜੇ ਬਚਣਾ ਚਾਹੁੰਦੇ ਆ, ਨਹੀਂ ਜਿੱਥੇ ਮਰਜ਼ੀ ਡੁਬਈ ਭੱਜ ਲਓ। ਜਿਵੇਂ ਉਹ ਮੁੰਡਾ ਹੋਰ ਹੈ ਗਾਉਣ ਵਾਲਾ, ਉਹ ਕਿਹੜਾ ਉਹਦਾ ਨਾਂ ਆ, ਡੁਬਈ ਆਇਆ ਹੁਣ ਕਰਨ ਔਜਲਾ, ਉਹ ਡੁਬਈ ਆ ਗਿਆ ਕੈਨੇਡਾ ਛੱਡ ਕੇ, ਉਹ ਕਹਿੰਦਾ ਕੈਨੇਡਾ ਹੁਣ ਸੁਰੱਖਿਅਤ ਨਹੀਂ ਰਿਹਾ। ਸੋ ਸੱਜਣਾ, ਇਹ ਡੁਬਈ ਵੀ ਨਹੀਂ ਕਿਸੇ ਨੇ ਬਖਸ਼ਣਾ। ਮੂਸੇ ਵਾਲਾ ਐਵੇਂ ਨਹੀਂ ਕਹਿ ਕੇ ਗਿਆ ਵੀ ਤੁਹਾਡੀ ਜਿਹੜੀ ਤਰੱਕੀ ਹੈ ਅਤੇ ਤੁਹਾਡਾ ਜਿਹੜਾ ਪੈਸਾ ਨਾ, ਇਹ ਤੁਹਾਡੀ ਜਾਨ ਦਾ ਵੈਰੀ ਬਣ ਗਿਆ। ਸੋ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਮੇਰੇ ਵੀਰ, ਕਿਉਂਕਿ ਸਾਨੂੰ ਤੁਹਾਡੇ ਨਾਲ ਦਿਲੀ ਹਮਦਰਦੀ ਹੈ, ਅਸੀਂ ਹਰ ਪੱਖ ਤੋਂ ਤੁਹਾਡੇ ਨਾਲ ਹਾਂ। ਕਿਉਂ ਹਮਦਰਦੀ ਹੈ? ਕਿਉਂਕਿ ਤੁਸੀਂ ਵੀ ਸਾਡੀ ਮਾਂ ਬੋਲੀ ਨੂੰ ਦੁਨੀਆ ਭਰ ਦੇ ਵਿੱਚ ਫੈਲਾ ਰਹੇ ਹੋ ਕਲਾ ਦੇ ਰਾਹੀਂ। ਜਿਵੇਂ ਮੂਸੇ ਵਾਲਾ ਮੈਂ ਬੰਗਾਲ ਜਾ ਕੇ ਆਇਆ, ਮੈਂ ਸਾਊਥ ਦੱਖਣ ਦੇ ਵਿੱਚ ਜਾ ਕੇ ਆਇਆ, ਉੱਥੇ ਮੂਸੇ ਵਾਲੇ ਨੂੰ ਸੁਣਿਆ ਜਾਂਦਾ ਹੈ, ਉਹ ਮੁੰਡਾ ਸ਼ੋਭਾ ਉਹਨੂੰ ਸੁਣਿਆ ਜਾਂਦਾ ਹੈ, ਸਾਡੇ ਹੋਰ ਬਹੁਤ ਕਲਾਕਾਰਾਂ ਨੇ ਨਾਂ ਲਿਆ, ਅਮਰਿੰਦਰ ਗਿੱਲ ਦਾ ਨਾਂ ਲਿਆ, ਕਿਸੇ ਉਹਨੂੰ ਵੀ ਸੁਣਦੇ ਹਾਂ, ਬਹੁਤ ਕਲਾਕਾਰਾਂ ਨੇ ਨਾਂ ਲਿਆ, ਰਣਜੀਤ ਬਾਵੇ ਦਾ ਨਾਂ ਲਿਆ, ਉਹਨੂੰ ਵੀ ਸੁਣਦੇ ਹਾਂ ਅਸੀਂ। ਸੋ ਇਹ ਇਹ ਹੁੰਦਾ, ਤੁਸੀਂ ਸਾਡੀ ਬੋਲੀ ਨੂੰ ਦੁਨੀਆ ਦੇ
कोने कोने च पचा रहे हो, जिथे कोई पंजाबी नहीं भी बैठा, कोई पंजाबी नहीं भी जानता बोलता, उत्थे भी साडा संगीत, साडी बोली, साडा उहदे नाल जिहड़ा साडी पछाण है, जिहड़े कलाकार पग बन्न के गाउंदे आ उहनां दी पछाण भी साडी जा रही है। बाहरलियां कौमां जिहड़ियां दुनिया भर च बैठियां ने वो साडे बारे सर्चा करदियां ने, जदों वी आ फलाना कलाकार है, इहदे सिर ते पग बन्नी होई है, ये किहड़ी कम्यूनिटी दा, कित्थों है, ये किहड़े खित्ते दा, ये किहड़ी धरती दा, इहदी मां बोली किहड़ी है। तो इस करके तुसीं साडी बहुत वड्डी माँ बोली की मैं सेवा तो नहीं कहूँगा, माँ बोली की सेवा तो अं की कर सकते हैं, पर तुम माँ बोली नू दुनिया के कोने कोने च पहुँचा रहे हो, माँ बोली का प्रचार करन दा, क्योंकि तुसीं एक सैलीब्रिटी हो, एक रोल मॉडल होंगे। हुण मैं बहुते इत्थे बंदिआं नू सुनिया, बहुते बच्चों नू सुनिया, उन्हां दे परिवार इत्थे आए कि साडे जवाक मूसे वाले नू देख के पग बन्नण लग गए, साडे जवाक मूसे वाले दे गीत सुन सुन के पंजाबी जिहड़ी पढ़नी लिखनी बोलनी सिखे, जिहड़े बाहरले जंपल सीगे बाहरले मुल्कां दे। सो इस तरीके नाल मैनूं लगदा वी इह एक बहुत वधिया फिल्मां होण, कोई नाटक होवे, कोई गीत कहानी किवता होवे, एक जरिया हुंदा अपनी बोली, अपने सभ्याचार, अपने विरसे नूं, अपने पहरावे, अपनी पछाण नूं दुनिया दे विच फैलाउण दा, उहदा प्रचार करन दा, उह तुसीं कर रहे हो। सो इस लई असीं तुहाडे नाल आ भरावो, पर मैं तुहानूं बेनती करूँगा कि यार चुप रहण दा हुण वेला नहीं है, असीं बहुत कुछ कमा लिया, एडा हीरा असीं कमा लिया मूसे वाला, होर पता नहीं साडे किन्ने हीरे जिहड़े जिहड़े गाउण वाले आ उहनां ने भरावो इत्थों इस चक्कर दे भेंट चढ़ जाणा। तड़के दा किसे कलाकार दा मैं कल दा देख रहा कोई प्रतिक्रिया नहीं आ, किसे कलाकार भरा दी कोई गिप्पी गरेवाल दे हक च कोई प्रतिक्रिया नहीं। तुसीं इकट्ठे हो के तुहाडी संगठन जिहा बणिया होया अगे लाओ, जिहड़े तुहाडे कोल सीनियर जिहड़े वड्डे पुराने कलाकार उहनूं अगे लाओ, अगे ला के पंजाब दे मुख्यमंत्री नूं मिलो वी इहदा पक्के तौर ते हल करो भाई। सो इस करके अपील है भाई, समझो गल नूं, कहानी सूत नहीं आउणी जी, एक बारी ताणी ज्यादा उलझदी जांदी है, पैसे दे दे के बचना नहीं। तुहानूं मैं एक होर गल दस दिंदा अखीर दे उत्ते, देखो जिंदगी मौत ओह वाहिगुरू परमात्मा दे हत्थ, किहड़े बंदे ने कदों जाना है, कदों उहदा आखिरी समां आउणा इह ओह जाणदा है, इह बंदे दे हत्थ बस ते कुछ नहीं। जे असीं ऐं डरी जावांगे मौत ना आ जाए, मौत ना आ जाए, मौत पता नहीं किसी एक्सीडेंट च आ जाए, मौत पता नहीं किसी अटैक के रूप च आ जाए, मौत पता नहीं किसी होर बीमारी के रूप च आ जाए, मौत पता नहीं कि डुब के आ जाए, यह नहीं पता होता। सो डरो ना, जदों आउंदी आ ना फिर कुदरत वल्लों कोई बहाना बनता है, तो कुदरती किसी बंदे की ड्यूटी लाउंदे तो बंदा फिर बंदे ने पिछा करके उहदा टाइम चकदा तो फिर उहनूं मार भी दिंदा। एक तो मैं सारयां नूं गल इह नसीहत है मेरी कि ठीक है, वह नहीं हुंदा भी असीं मूहरे खूह होवे तो ही जाके अखां वीच के डिग पईए, वह भी गल सोचण वाली हुंदी है, चकन्ने रहना सचेत रहना अलग गल है, पर जे असीं इह गल सोच के चुप ही कर जाएंगे, सट्टी देवांगे सारा कुछ, भी आपां लोड़ ही नहीं बोलण दी, गोडी टेक देंगे, तो जिंदगी मौत परमात्मा दे हत्थ है, इह जाणदा कदों कदों जाणा ते किन्ना चिर बंदे ने ते साह लैणे आ, की इहने करना, इह ड्यूटियां सब उहदियां लगियां होईयां। सो मेरा भी गल नूं समझण दी कोशिश करो, जिन्ना डरोंगे, जिन्ना लुकोंगे, जिन्ना भजोंगे, ये सारिया गल्लां समस्यावां जिहड़ियां होंदियां ने उह तुहानूं कई गुणा अगे, कई गुणा वध के तुहाडे अगे आ के खड़नगियां ते तुहानूं घेरनगियां। सो अपील आ पंजाबियों नूं, अपील आ होर वख वख जिहड़े संस्थावां उहनां नूं वी, अपील करदा सरकार नूं वी, कहना चाहुंदा कि इह मसले दा हल कीता जावे। इह सरकार पता सारा इंटैलीजेंस दीआं रिपोर्टां ने कि जेलां 'च बैठे बंदे किवें फरौतियां लै रहे ने, किवें दुकानदारां नूं बठिंडे शहर दे विच्चों कई करोड़ां रुपया जिहड़े जेलां 'च बैठे गैंगस्टर फरौतियां लैंदे आ। गोनेआणा, संगत मंडी, रामा, मौड़, रामपुरा, मैं बठिंडे की गल कर रहा, इस बठिंडे जिले के विच्चों कई करोड़ों रुपया बंदे बैठे जेलों च फरौतियां लेंदे, एक फोन करते हैं नाल का चुप चपीते वाला बंदा पा के बिच पैसे दे आउंदे, बोलने को कोई तैयार नहीं, पुलिस को कोई जाण को तैयार नहीं, अल्लाह आपां नुकसान ना करा लगे। किन्ने वारी हुण बठिंडे की कुछ होया, कदे किसी कारोबारी किसी दुकानदार के घर में अग ला जाते हैं, किसी वो बेचारा कुलचे वाला पिछे मारिया गोलियां मार के, हो रहा है। दरअसल मैं तुहानूं पहले दस्सिया भी एक डर किवें पैदा करना है,
ਇਹ ਫਰੋਤੀ ਲੈਣ ਦਾ ਢੰਗ ਹੁੰਦਾ ਗੈਂਗਸਟਰਾਂ ਦਾ ਢੰਗ ਹੈ ਇਹਨਾਂ ਦਾ ਵੀ ਇੱਕ ਬੰਦਾ ਮਾਰੋ ਸਾਰਾ ਸ਼ਹਿਰ ਡਰ ਜੂ ਸਾਰਾ ਜ਼ਿਲ੍ਹਾ ਡਰ ਜੂ ਅਲੱਗ ਫਲਾਨਾ ਬੰਦੇ ਨੂੰ ਪੈਸੇ ਮੰਗੇ ਸੀ ਜਵਾਬ ਦਿੱਤਾ ਉਹ ਮਾਰਤਾ ਆਪਾਂ ਪੰਗੇ 'ਚ ਪੈਸੇ ਵੀ ਲੈਣਾ ਦਿਓ ਪੈਸੇ ਜਾ ਇਸ ਕਰਕੇ ਮੇਰਾ ਵੀਰ ਲੜਨਾ ਸਿੱਖੋ ਲੜਨਾ ਸਮੇਂ ਦੀ ਲੋੜ ਹੁੰਦਾ ਲੜਨ ਤੋਂ ਕਹਿੰਦੇ ਉਸ ਵੇਲੇ ਖਿਸਕ ਜਾਣਾ ਇਹ ਸਮਝ ਦੀ ਇਹ ਸੋਚ ਦੀ ਥੋੜ ਹੁੰਦਾ ਇਹ ਲੜਨਾ ਹੁਣ ਸਮੇਂ ਦੀ ਲੋੜ ਹੈ ਲੜਨਾ ਪੈਣਾ ਖੜਨਾ ਪੈਣਾ ਆਓ ਸਾਰੇ ਇਕੱਠੇ ਹੋ ਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਸਾਰੇ ਜਿੰਨੀਆਂ ਹੋਰ ਵੱਖ ਵੱਖ ਪੰਜਾਬ ਦੇ ਲੋਕ ਹੈ ਇਹਨਾਂ ਦੇ ਹੱਕ ਦੇ ਵਿੱਚ ਚਾਹੇ ਕਲਾਕਾਰ ਨੇ ਚਾਹੇ ਕੌਡੀ ਖਿਡਾਰੀ ਹੈ ਇਹਨਾਂ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਕੇ ਆਪਾਂ ਹੀਰੇ ਕਮਾ ਰਹੇ ਹਾਂ ਆਪਾਂ ਹੋਣਹਾਰ ਹੀਰੇ ਜਿਹੜੇ ਬੜੀ ਜੱਦੋਜਹਿਦ ਤੋਂ ਬਾਅਦ ਤਰਾਸ਼ੇ ਜਾਂਦੇ ਨੇ ਮਿਹਨਤਾਂ ਤੋਂ ਬਾਅਦ ਨਿਖਰ ਕੇ ਸਾਹਮਣੇ ਆਉਂਦੇ ਆ ਉਹਨਾਂ ਨੂੰ ਮਰਵਾ ਰਹੇ ਹਾਂ ਇਹ ਚੁੱਪ ਸਾਡੀ ਮਰਵਾ ਰਹੀ ਹੈ ਚੁੱਪ ਖਤਰਨਾਕ ਹੁੰਦੀ ਹੈ ਚੁੱਪ ਮਸਲੇ ਦਾ ਹੱਲ ਨਹੀਂ ਹੁੰਦਾ ਬੋਲੋ ਸੰਘਰਸ਼ ਕਰੋ ਲੜੋ ਸਰਕਾਰਾਂ ਦੇ ਕੰਨਾਂ ਦੇ ਜਿਹੜੀ ਜੂ ਨਹੀਂ ਸਰਕਦੀ ਉਹਨੂੰ ਜਗਾਓ ਬੋਲੀ ਜਿਹੜੀ ਬਹਿਰੀ ਗੂੰਗੀ ਅਤੇ ਬੋਲੀ ਹੋ ਚੁੱਕੀ ਸਰਕਾਰ ਸਵਾਓ ਕਲੋ ਕਲਾ ਕਰੋ ਤੁਹਾਨੂੰ ਪਹਿਲ ਕਹਿਣਾ ਪਹਿਲ ਤੁਹਾਨੂੰ ਕਰਨੀ ਪੈਣੀ ਹੈ ਮੈਂ ਕਹਿਣਾ ਚਾਹੁੰਦਾ ਪਹਿਲ ਤੁਸੀਂ ਕਰੋ ਲੋਕ ਤੁਹਾਡੇ ਨਾਲ ਕਰਨਗੇ ਇਸ ਮਸਲੇ ਦੇ ਉੱਤੇ ਚੁੱਪ ਮੈਂ ਫਿਰ ਕਹਿਣਾ ਕਿਸੇ ਮਸਲੇ ਦਾ ਹੱਲ ਨਹੀਂ ਜਿੱਥੇ ਮਰਜ਼ੀ ਭੱਜ ਲਓ ਤੁਹਾਨੂੰ ਇਹ ਉੱਥੇ ਮਾਰਨਗੇ ਆ ਕੇ ਤੁਸੀਂ ਯਾਦ ਰੱਖਿਓ ਮੇਰੀ ਗੱਲ ਨਾਲੇ ਡਰ ਡਰ ਕੇ ਕੀ ਜਾਓਗੇ ਡਰ ਜੇ ਤੂੰ ਡਰ ਹੀ ਇੰਨੇ ਗਏ ਤੁਹਾਨੂੰ ਇਹ ਡਰ ਲੱਗਿਆ ਰਿਹਾ ਵੀ ਕਿਸੇ ਸ਼ੋਅ 'ਚ ਗਏ ਖਾੜੇ 'ਚ ਗਏ ਉੱਥੇ ਨਾ ਕੋਈ ਮਾਰ ਦੇ ਕੋਈ ਫਿਲਮ ਦੀ ਸ਼ੂਟਿੰਗ ਕਰ ਰਹੇ ਹਾਂ ਉੱਥੇ ਨਾ ਕੋਈ ਮਾਰ ਜੇ ਕੋਈ ਗਾਣੇ ਦੀ ਸ਼ੂਟਿੰਗ ਕਰ ਰਹੇ ਹਾਂ ਉੱਥੇ ਨਾ ਮਾਰ ਜੇ ਗੱਡੀ 'ਤੇ ਜਾ ਰਹੇ ਹਾਂ ਕੋਈ ਉੱਥੇ ਨਾ ਮਾਰ ਜੇ ਤੁਹਾਡੇ ਦਿਮਾਗ 24 ਘੰਟੇ ਡਰ ਘੁੰਮੀ ਗਿਆ ਵੀ ਮਾਰ ਨਾ ਦੇਣ ਕੋਈ ਮਾਰ ਨਾ ਦੇਵੇ ਕਿੱਥੋਂ ਤੁਸੀਂ ਗਾ ਲਓਗੇ ਕਿੱਥੋਂ ਲਿਖ ਲਓਗੇ ਕਿੱਥੋਂ ਫਿਲਮਾਂ ਬਣਾ ਲਓਗੇ ਇਸ ਕਰਕੇ ਕਿ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਮਸਲਾ ਇਹ ਗੱਲ ਇੰਨੀ ਵੱਧ ਜੇ ਕਿ ਮੁੜ ਕੇ ਇਹਨੂੰ ਇਹਨੂੰ ਹੱਲ ਹੀ ਨਾ ਕੀਤਾ ਜਾਵੇ ਇਹਨੂੰ ਕਾਬੂ ਹੀ ਨਾ ਕੀਤਾ ਜਾਵੇ ਤਾਂ ਮੇਰਾ ਵੀਰ ਤੂੰ ਪਹਿਲਾ ਸਮਾਂ ਰਹਿੰਦੇ ਇਕੱਠੇ ਹੋ ਕੇ ਸਾਰੇ ਇਕੱਠੇ ਹੋ ਜਾ ਕਰੋ ਦੇਖੋ ਇਹ ਸਮਾਂ ਮੇਰਾ ਵੀਰ ਸਾਡੀ ਕਿਸੇ ਨਾਲ ਬਣੇ ਨਾ ਬਣੇ ਕਿਸੇ ਨਾਲ ਵਿਚਾਰਕ ਮਤਭੇਦ ਨੇ ਰੱਖੀ ਰੱਖੋ ਕੋਈ ਗੱਲ ਨਹੀਂ ਇਹ ਸਮਾਂ ਹੁਣ ਸਾਨੂੰ ਆਸਵੇਂ ਲੜਨ ਦਾ ਸਮਾਂ ਨਹੀਂ ਹੈ ਆਸਵੇਂ ਕਿਸੇ ਲੱਤਾਂ ਖਿੱਚਣ ਦਾ ਸਮਾਂ ਨਹੀਂ ਹੈ ਸਾਨੂੰ ਇਕੱਠੇ ਹੋ ਕੇ ਇੱਕ ਆਵਾਜ਼ ਬੁਲੰਦ ਕਰਨ ਦੀ ਲੋੜ ਹੈ ਇੱਕਾਂ ਦਾ ਸਬੂਤ ਦੇਣ ਦੀ ਲੋੜ ਹੈ ਕਿ ਅਸੀਂ ਇਸ ਮਸਲੇ ਉੱਤੇ ਸਾਰੇ ਇੱਕ ਇਕੱਠੇ ਹਾਂ ਅਸੀਂ ਇਹ ਜਿਹੜਾ ਧੱਕਾ ਹੈ ਜ਼ੁਲਮ ਹੈ ਜਿਹੜੀ ਕਤਲੋ ਗਾਰਤ ਹੈ ਬਰਦਾਸ਼ਤ ਨਹੀਂ ਕਰਾਂਗੇ।